ਗੱਲ ਜ਼ੀਰਾ ਸ਼ਰਾਫ ਫੈਕਟਰੀ ਦੇ ਬਾਹਰ ਲੱਗੇ ਪੱਕੇ ਮੋਰਚੇ ਦੀ ਕਰਾਂਗੇ ਜਿੱਥੇ ਫੈਕਟਰੀ ਦੇ ਪ੍ਰਬੰਧਕ 5 ਮਹੀਨਿਆਂ ਬਾਅਦ ਪਹਿਲੀ ਵਾਰੀ ਲੋਕਾਂ ਦੇ ਸਾਹਮਣੇ ਆਏ ਨਹੀਂ ਮੀਡੀਆ ਸਾਹਮਣੇ ਆ ਕੇ ਪ੍ਰਬੰਧਕਾਂ ਨੇ ਮੋਰਚੇ ਦੇ ਆਗੂਆਂ ਨੂੰ ਖੁੱਲੀ ਬਹਿਸ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦੇ ਦਿੱਤਾ ਫੈਕਟਰੀ ਦੇ ਐਮ ਡੀ ਪਵਨ ਬਾਂਸਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਫੈਕਟਰੀ ਦੇ ਮਾਲਕ ਦੀਪ ਮਲਹੋਤਰਾ ਅਤੇ ਬਾਕੀ ਪ੍ਰਬੰਧਕ ਆਪਣੇ ਪਰਿਵਾਰਾਂ ਸਮੇਤ ਉਹ ਪਾਣੀ ਪੀਣ ਵਾਸਤੇ ਤਿਆਰ ਨਹੀਂ ਜਿਹੜਾ ਪਾਣੀ ਪਿੰਡ ਵਾਸੀ ਪੀ ਰਹੇ ਨੇ ਪਰਬੰਧਕਾਂ ਨੇ ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਕਿ ਫੈਕਟਰੀ ਦਾ ਗੰਦਾ ਪਾਣੀ ਜ਼ਮੀਨ ਹੇਠਾਂ ਸੁੱਟਿਆ ਜਾ ਰਿਹਾ ਹੈ ਕਹਿੰਦੇ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਦੇ ਲਈ ਅਸੀਂ ਤਿਆਰ ਹਾਂ ਪਰ ਕੁਝ ਲੋਕ ਫੈਕਟਰੀ ਦੇ ਖਿਲਾਫ ਝੂਠਾ ਪ੍ਰਚਾਰ ਕਰ ਰਹੇ ਨੇ ਦਾਵਾ ਕੀਤਾ ਇਹਨਾਂ ਨੇ ਕਿ 15 ਸਾਲ ਤੋਂ ਚੱਲ ਰਹੀ ਇਸ ਫੈਕਟਰੀ ਨੂੰ ਹਰ 6 ਮਹੀਨੇ ਬਾਅਦ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਆ ਕੇ ਚੈੱਕ ਕਰਦੀ ਹੈ ਫੈਕਟਰੀ ਅੰਦਰੋਂ ਹੁਣ ਤੱਕ ਦੇ ਲਏ ਗਏ ਸਾਰੇ ਸੈਂਪਲ ਪਾਸ ਹੋਏ ਨੇ ਤੇ ਇਸ ਫੈਕਟਰੀ ਤੋਂ ਕਹਿੰਦੇ ਸਰਕਾਰ ਨੂੰ ਰੋਜ਼ਾਨਾ 2 ਸਵਾ ਕਰੋੜ ਰੁਪਏ ਟੈਕਸ ਦੇ ਰੂਪ ਵਿੱਚ ਜਾ ਰਹੇ ਨੇ ਇਸੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਬਣਾਈਆਂ ਗਈ ਤਰੀ ਜਾਂਚ ਕਮੇਟੀਆਂ ਨੇ ਸ਼ਰਾਫ ਫੈਕਟਰੀ ਦੀ ਜਾਂਚ ਵੀ ਵਿੜ ਦਿੱਤੀ ਹੈ ਹਾਲਾਂਕਿ ਸਾਂਝੀ ਮੋਰਚੇ ਦੇ ਲੀਡਰ ਇਹਨਾਂ ਕਮੇਟੀਆਂ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਆ ਰਹੇ ਉਹਨਾਂ ਮੁਤਾਬਿਕ ਜਾਂਚ ਦੇ ਨਾਮ ਤੇ ਸਿਰਫ ਖਾਨਾ ਪੂਰਤੀ ਹੋ ਰਹੀ ਹੈ ਡੀਸੀ ਨੂੰ ਇਹਨਾਂ ਕਮੇਟੀਆਂ ਦਾ ਨੋਡਲ ਅਫਸਰ ਲਾਉਣ ਤੇ ਵੀ ਇਲਾਕਾ ਵਾਸੀਆਂ ਨੇ ਇਤਰਾਜ਼ ਜਤਾਇਆ ਹੈ ਆਗੂਆਂ ਨੇ ਫੈਕਟਰੀ ਮਾਲਕਾਂ ਨੇ ਦੋਸ਼ ਲਾਇਆ ਕਿ ਉਹ ਜਾਂਚ ਦੌਰਾਨ ਸਬੂਤ ਮਿਟਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰ ਰਹੇ ਨੇ ਤੇ ਮੋਰਚੇ ਦੇ ਲੋਕਾਂ ਨੇ ਜਾਂਚ ਅਧਿਕਾਰੀਆਂ ਦੇ ਨਾਲ ਭਾਰੀ ਮਾਤਰਾ ਦੇ ਵਿੱਚ ਪੁਲਿਸ ਫੋਰਸ ਦੇ ਵੀ ਫੈਕਟਰੀ ਅੰਦਰ ਜਾਣ ਤੇ ਇਤਰਾਜ਼ ਜਤਾਇਆ ਹੈ ਫੈਕਟਰੀ ਪ੍ਰਬੰਧਕ ਭਾਵੇਂ ਦਾਅਵਾ ਕਰ ਰਹੇ ਨੇ ਕਿ ਉਹਨਾਂ ਦੀ ਫੈਕਟਰੀ ਦੇ ਵਿੱਚ ਕੁਝ ਵੀ ਗਲਤ ਨਹੀਂ ਹੋ ਰਿਹਾ ਪਰ ਦੂਸਰੇ ਪਾਸੇ ਇਸ ਫੈਕਟਰੀ ਤੋਂ ਮਹਿਜ਼ 500 ਮੀਟਰ ਦੀ ਦੂਰ ਦੂਰੀ ਤੇ ਸਥਿਤ ਇੱਕ ਘਰ ਦੇ ਵਿੱਚ ਨੌਜਵਾਨ ਦੀ ਮੌਤ ਹੋ ਗਈ ਜਿਸ ਨੇ ਪੰਜ ਦਿਨ ਪਹਿਲਾਂ ਹੀ ਇੰਟਰਵਿਊ ਦਿੱਤਾ ਸੀ ਕਿ ਇਸ ਫੈਕਟਰੀ ਦੇ ਗੰਦੇ ਪਾਣੀ ਕਰਕੇ ਉਹਨਾਂ ਦਾ ਸਾਰਾ ਪਰਿਵਾਰ ਬਿਮਾਰੀਆਂ ਦਾ ਸ਼ਿਕਾਰ ਹੋਇਆ ਪਿਆ ਤੇ ਇਸ ਨੌਜਵਾਨ ਦੀਆਂ ਦੋਵੇਂ ਕਿਡਨੀਆਂ ਫੇਲ ਹੋ ਗਈਆਂ ਸੀ ਜੋ ਡਾਇਲਿਸਿਸ ਕਰਵਾਉਂਦਾ ਸੀ ਤੇ ਫੈਕਟਰੀ ਦੇ ਇਹਨਾਂ ਦਾਅਵਿਆਂ ਦੇ ਦਰਮਿਆਨ ਵਿਧਾਨ ਸਭਾ ਦੀ ਉਸ ਕਮੇਟੀ ਦੀ ਰਿਪੋਰਟ ਵੀ ਚੇਤੇ ਆ ਜਾਂਦੀ ਹੈ ਜਿਹੜੀ ਕਿ ਕਈ ਸਾਲ ਪਹਿਲਾਂ ਦਿੱਤੀ ਗਈ ਸੀ ਜਿਸ ਦੇ ਵਿੱਚ ਪੰਜਾਬ ਦੀਆਂ ਇਹਨਾਂ ਅਸ਼ਰਾਬ ਫੈਕਟਰੀਆਂ ਦੇ ਵਿੱਚੋਂ ਬਹੁਤ ਸਾਰੀਆਂ ਅਣਗੈਲੀਆਂ ਪਾਈਆਂ ਗਈਆਂ ਸਨ ਤੇ ਨਾਲ ਫੈਕਟਰੀਆਂ ਨੂੰ ਬੰਦ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ ਜ਼ੀਰਾ ਮੋਰਚੇ ਦੀ ਹਮਾਇਤ ਵਿੱਚ ਨਿਤਰੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਵੀ ਸਰਕਾਰ ਨੂੰ ਹਲੂਣਾ ਦੇ ਰਹੀਆਂ ਨੇ ਕਿਸਾਨ ਲੀਡਰ ਰੋਲਦੂ ਸਿੰਘ ਮਾਨਸਾ ਨੇ ਕਿਹਾ ਹੈ ਕਿ ਇਹ ਜਿਹੜਾ ਸੰਘਰਸ਼ ਹੈ ਜ਼ੀਰਾ ਫੈਕਟਰੀ ਤੱਕ ਸੀਮਤ ਨਹੀਂ ਰਹੇਗਾ ਸੂਬੇ ਦੀਆਂ ਉਹਨਾਂ ਸਾਰੀਆਂ ਫੈਕਟਰੀਆਂ ਤੇ ਕਾਰਖਾਨਿਆਂ ਦੇ ਖਿਲਾਫ ਵਿੱਢਿਆ ਜਾਊਗਾ ਜਿਨ੍ਹਾਂ ਦੇ ਵੱਲੋਂ ਪੰਜਾਬ 'ਚ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਜੋਗਿੰਦਰ ਸਿੰਘ ਉਗਰਾਹ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੇ ਵਿਰੁੱਧ ਹੀ ਬਦਲਾਅ ਸ਼ੁਰੂ ਕਰ ਦਿੱਤਾ ਪੰਜਾਬ ਵਿਜੀਲੈਂਸ ਬਿਊਰੋ ਸਰਕਾਰ ਵੱਲੇ ਸਿੰਚਾਈ ਵਿਭਾਗ ਵਿੱਚ ਹੋਏ ਕਥਿਤ ਬਹੁ ਕਰੋੜੀ ਕੁਟਾਲੇ ਦੀ ਜਾਂਚ ਸੰਬੰਧੀ ਪੁੱਛਪੜਤਾਲ ਦੇ ਲਈ ਕੱਲ ਨੂੰ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਤਲਬ ਕੀਤਾ ਹੈ ਸਾਬਕਾ ਮੁਖ ਸਕੱਤਰ ਸਰਵੇਸ਼ ਕੌਸ਼ਲ ਨੂੰ ਵੀ ਛੇਤੀ ਸੱਦੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਕਾਲੀ ਲੀਡਰ ਸੇਖੋਂ ਨੂੰ 30 ਦਸੰਬਰ ਨੂੰ ਵਿਜੀਲੈਂਸ ਦੇ ਜਾਂਚ ਅਧਿਕਾਰੀਆਂ ਸਾਹਮਣੇ ਪੇਸ਼ ਹੋਣ ਲਈ ਸੱਮਨ ਭੇਜ ਦਿੱਤੇ ਗਏ ਨੇ ਇਸ ਸੇਖੋਂ ਨੇ ਇਹ ਸੱਮਨ ਹਾਸਲ ਵੀ ਕਰ ਲਏ ਹਨ ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਸੇਖੋਂ ਇਸ ਪੁੱਛਪੜਤਾਲ ਦੇ ਵਿੱਚ ਸ਼ਾਮਲ ਹੋਣਗੇ